ਟਰੰਪ ਨੇ ਕੈਨੇਡਾ ਨੂੰ ਨਵੇਂ ਨਾਫਟਾ ਸਮਝੌਤੇ ਤੋਂ ਕੱਢਣ ਦੀ ਦਿੱਤੀ ਧਮਕੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਨੂੰ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਲਈ ਠੀਕ ਸਮਝੌਤਾ ਨਾ ਹੋਇਆ ਤਾਂ ਅਮਰੀਕਾ ਕੈਨੇਡਾ ਨੂੰ ਨਵੇਂ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤਾ ਨਾਫਟਾ ਤੋਂ ਬਾਹਰ ਕਰ ਦੇਵੇਗਾ। ਅਮਰੀਕਾ ਦੀ ਇਹ ਧਮਕੀ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਅਮਰੀਕੀ ਤੇ ਕੈਨੇਡੀਅਨ ਅਧਿਕਾਰੀ ਨਾਫਟਾ ਉੱਤੇ ਕਿਸੇ ਸਮਝੌਤੇ ਉੱਤੇ ਨਹੀਂ ਪੁੱਜ ਸਕੇ।